ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਅਤੇ ਉਹਨਾਂ ਦੇ ਜਥੇਬੰਦੀ ਨੂੰ ਅਪੀਲ ਕਰਦਾ ਹੈ, ਸੱਦਾ ਦਿੰਦਾ। ਇੱਕ ਬੰਦਾ ਤੁਸੀਂ ਦੇ ਦਿਓ, ਇੱਕ ਮੈਂ ਆ ਜਾਂਦਾ ਅਤੇ ਦੋ ਤਿੰਨ ਆਪਾਂ ਚੈਨਲ ਸੱਦ ਲੈਂਦੇ ਹਾਂ। ਹਾਂਜੀ, ਅਤੇ ਉਹਨਾਂ ਚੈਨਲਾਂ ਦੇ ਸਾਹਮਣੇ ਅੰਦਰ ਕਮਰੇ 'ਚ ਆਪਾਂ ਜਿਹੜਾ ਲੋਕਾਂ ਤੱਕ ਲਾਈਵ ਜਾਵੇ, ਹਾਂਜੀ, ਸੱਚ ਦਾ ਝੂਠ ਦਾ ਹਰੇਕ ਦਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਜਾਵੇ, ਇਹ ਪਤਾ ਲੱਗੇ ਕਿ ਕਿਹਦਾ ਪੱਖ ਮਜ਼ਬੂਤ ਆ ਅਤੇ ਕਿਹਦਾ ਹੌਲਾ ਆ। ਅਤੇ ਜੇ ਮੈਂ ਮੇਰਾ ਪੱਖ ਹੌਲਾ ਹੋਊ ਜਾਂ ਮੈਂ ਝੂਠਾ ਹੋਊਂਗਾ ਤਾਂ ਮੈਂ ਮੈਦਾਨ ਛੱਡ ਦੂੰ। ਮੈਂ ਇੱਥੇ ਤੁਹਾਡੇ ਕੋਲ ਪਹਿਲੀ ਵਾਰ ਐਲਾਨ ਕੀਤਾ ਹੈ, ਮੈਨੂੰ ਆਸ ਹੈ ਕਿ ਮੇਰਾ ਸੱਦਾ ਪ੍ਰਵਾਨ ਕਰਨਗੇ, ਮੈਨੂੰ ਆਸ ਹੈ ਮੇਰਾ ਸੱਦਾ ਪ੍ਰਵਾਨ ਕਰਨਗੇ। ਜਲੰਧਰ ਰੱਖ ਲੈਣ, ਚੰਡੀਗੜ੍ਹ ਰੱਖ ਲੈਣ, ਸਿਰਫ ਇੱਕ ਉਹਨਾਂ ਦਾ, ਇੱਕ ਮੈਂ ਖੁਦ ਹੋਊਂਗਾ। ਉਹਨਾਂ ਜਿਹਨੂੰ ਭੇਜਣਾ ਆ ਉਹਨੂੰ ਭੇਜ ਦੇਣ, ਜੋ ਉਹਨਾਂ ਕੋਲ ਏਜੰਡਾ ਆ ਆਪਾਂ ਕੱਟੀ ਕੱਟਾ ਜਿਹਾ ਕੱਢ ਹੀ ਲਈ। ਹਾਂਜੀ, ਵੀ ਮੈਨੂੰ ਝੂਠਿਆਂ ਕਰ ਦੇਣ ਅਤੇ ਮੇਰਾ ਪੱਖ ਤੋੜ ਕੇ ਦੇਖ ਲੈਣ ਲੋਕਾਂ ਦੇ ਸਾਹਮਣੇ, ਮੈਂ ਵੀ ਰੱਖ ਦੂੰ, ਉਹ ਵੀ ਰੱਖ ਦੇਣ, ਨਿਹਨਾਂ ਲੋਕਾਂ ਨੇ ਕਰ ਲੈਣਾ ਹੈ। ਅਤੇ ਮੈਂ ਕਹਿੰਦਾ ਕਿ ਜੇ ਮੇਰਾ ਪੱਖ ਕਮਜ਼ੋਰ ਉੱਥੇ ਸਾਬਤ ਹੋ ਜਾਵੇ, ਜੇ ਮੈਂ ਉੱਥੇ ਕਮਜ਼ੋਰ ਸਾਬਤ ਹੋ ਜਾਂ, ਝੂਠਾ ਸਾਬਤ ਹੋ ਜਾਂ, ਕਿਸੇ ਗੱਲੋਂ ਕਸਰ ਹੋਵੇ, ਮੈਂ ਦਾਵਾ ਛੱਡ ਦੂੰ, ਭਾਵੇਂ ਪਾਰਟੀ ਪ੍ਰਧਾਨ ਨੂੰ ਨਾ ਪੁੱਛਾਂ।